ਸਥਾਨਕ ਵਿਸ਼ਨੰਦੀ ਬਾਜ਼ਾਰ ਵਿੱਚ ਸਥਿਤ ਪੰਜਾਬ ਨੈਸ਼ਨਲ ਬੈਂਕ ਵਿੱਚੋਂ ਅਣਛਾਤੇ ਵਿਅਕਤੀ ਦਿਨ ਦਿਹਾੜੇ ਫੌਜੀ ਜਵਾਨ ਦਾ 1 ਲੱਖ ਰੁਪਏ ਲੈ ਕੇ ਰਫੂ ਚੱਕਰ ਹੋ ਗਏ, ਜਦਕਿ ਬੈਂਕ ਦੀ ਸੁਰੱਖਿਆ ਲਈ ਕੋਈ ਵੀ ਗਾਰਡ ਬੈਂਕ ਵੱਲੋਂ ਨਹੀਂ ਰੱਖਿਆ ਹੋਇਆ ਸੀ। ਸੂਤਰਾਂ ਦਾ ਕਹਿਣਾ ਹੈ ਕਿ ਪਿੰਡ ਵਿਸ਼ਨੰਦੀ ਦੇ ਫੌਜੀ ਕੁਲਦੀਪ ਸਿੰਘ ਨੇ ਸਥਾਨਕ ਪੰਜਾਬ ਨੈਸ਼ਨਲ ਬੈਂਕ ਵਿੱਚੋਂ 1,20,000 ਕਢਵਾ ਕੇ 20,000 ਆਪਣੀ ਜੇਬ ਵਿੱਚ ਪਾ ਲਿਆ ਅਤੇ 1 ਲੱਖ ਰੁਪਏ ਕਾਲੇ ਰੰਗ ਦੇ ਮੋਮੀ ਲਿਫਾਫੇ ਵਿੱਚ ਪਾ ਕੇ ਬੈਂਕ ਵਿੱਚੋਂ ਤੁਰਨ ਲੱਗਿਆ ਤਾਂ ਵਿਰਧ ਮਾਤਾ ਨੇ ਪੈਸੇ ਕਢਵਾਉਣ ਵਾਲਾ ਫਾਰਮ ਭਰਾਉਣ ਲਈ ਉਸ ਅੱਗੇ ਕਰ ਦਿੱਤਾ। ਜਿਵੇਂ ਉਹ ਫਾਰਮ ਭਰ ਕੇ ਉੱਠਿਆ ਤਾਂ ਦੇਖਿਆ ਕਿ ਉਸ ਦਾ 1 ਲੱਖ ਰੁਪਏ ਵਾਲਾ ਮੋਮੀ ਲਿਫਾਫਾ ਗਾਇਬ ਸੀ ਅਤੇ ਤੁਰੰਤ ਜੈਤੋ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਜੈਤੋ ਦੇ SHO ਅਮਨਦੀਪ ਸਿੰਘ ਦਾ ਕਹਿਣਾ ਹੈ ਕਿ CCTV ਕੈਮਰਿਆਂ ਦੀ ਮਦਦ ਨਾਲ ਉਕਤ ਲਿਜਾਣ ਵਾਲੇ ਵਿਅਕਤੀ ਦੀ ਸ਼ਨਾਖਤ ਕੀਤੀ ਜਾ ਰਹੀ ਹੈ। ਮੈਂ ਜੀ ਮਿਸਤਰੀ ਲਗਾਇਆ ਹੁਆ ਥਾ ਔਰ ਮੈਨੇ 1,20,000 ਰੁਪਏ ਨਕਲ ਲਵਾਇਆ ਥਾ। 20,000 ਮੈਨੇ ਆਪਣੇ ਪਰਸ ਮੇਂ ਡਾਲ ਲਿਆ ਔਰ 1,00,000 ਮੈਨੇ ਇੱਕ ਬਲੈਕ ਪੋਲੀਥੀਨ ਥਾ ਮੇਰੇ ਪਾਸ ਉਸਮੇਂ ਡਾਲ ਕੇ ਮੈਨੇ ਰੱਖ ਦੀ ਆਪਣੇ ਪਾਸ ਔਰ ਇੱਕ ਲੇਡੀਜ਼ ਆਈ ਸੀ ਉਹ ਥੀ ਆਪਣਾ ਅਨਪੜ੍ਹ ਥੀ ਉਸਨੇ ਮੇਰੇ ਕੋਲ ਵਾਊਚਰ ਭਰਨੇ ਕੇ ਲੀਏ ਬੋਲਾ ਉਸਨੇ ਆਪਣੀ ਪੈਨਸ਼ਨ ਨਿਕਾਲ ਦਿੱਤੀ। ਮੈਨੇ ਵਾਊਚਰ ਭਰਨੇ ਕੇ ਲੀਏ ਰੱਖ ਪੈਨ ਚਲਾਉਣਾ ਸ਼ੁਰੂ ਕੀਆ ਔਰ ਉਸਕੇ ਬਾਅਦ ਮੈਨੇ ਮੈਡਮ ਸੇ ਪੁੱਛਣਾ ਚਲਾ ਗਿਆ ਵੀ ਮੈਡਮ ਇਸਕਾ ਅਕਾਊਂਟ ਨੰਬਰ ਕੌਨ ਸਾ ਇਸਕੀ ਕਿਉਂਕਿ ਕਾਪੀ ਦੂਸਰੀ ਥੀ ਇਸ ਲਈ ਮੈਂ ਮੈਡਮ ਕੇ ਪਾਸ ਚਲਾ ਗਿਆ ਇਤਨੇ ਮੈਂ ਬਾਅਦ ਮੈਂ ਵਾਪਸ ਆਇਆ ਤਾਂ ਉਸ ਟਾਈਮ ਬੰਦਾ ਉਠਾ ਕੇ ਲੈ ਚਲਾ ਗਿਆ। ਕੋਈ ਪਤਾ ਚਲਾ CCTV ਕੈਮਰੇ ਵੀ ਕੌਣ ਦਾ ਬੰਦਾ ਨਹੀਂ ਅਭੀ ਤੱਕ ਕੋਈ ਪਤਾ ਨਹੀਂ ਚਲਾ। ਪੁਲਿਸ ਆਈ ਕੀ ਕਰ ਗਿਆ ਉਹ ਕਹਿ ਰਹੇ ਵੀ ਕੋਈ ਸਾਫ਼ ਨਹੀਂ ਕੈਮਰਾ ਕੋਈ ਸਾਫ਼ ਨਹੀਂ ਆ ਰਿਹਾ ਕੁਛ ਕਲੀਅਰ ਨਹੀਂ ਹੋ ਰਿਹਾ। ਹੁਣ ਆਪ ਕਿਆ ਮੰਗ ਕਰ ਰਹੇ ਹੋ? ਮਹਾਰਾਜ ਮੈਂ ਮੰਗ ਕਰ ਰਿਹਾ ਵੀ ਮੇਰੀ ਇਮਾਨਤ ਮੈਨੂੰ ਮਿਲ ਜਾਏ। ਐਸ ਪਰ ਹਮਨੇ CCTV ਜੈਸੇ ਹਮਨੇ ਦੇਖਾ ਹੈ ਨਾ ਹਮੇ ਵਹੀਂ ਸੇ ਪਤਾ ਚਲਾ ਹੈ ਉਹ ਆਪਣਾ ਬੈਗ ਛੋੜ ਕੇ ਪੈਸੇ ਵਾਲਾ ਬੈਗ ਛੋੜ ਕੇ ਕਾਊਂਟਰ ਪੇ ਆਏ ਕਿਤੇ ਮੈਂ ਕੋਈ ਬੰਦਾ ਇੱਕ ਆ ਕੇ ਉਨਕਾ ਬੈਗ ਲੈ ਕੇ ਚਲਾ ਗਿਆ। ਮੈਮ ਕਿੰਨੀ ਪੇਮੈਂਟ ਨਿਕਾਲੀ ਸੀ ਉਹਨਾਂ ਨੇ? 1,20,000 ਕੀ ਬੋਲ ਕਹਿੰਦੇ 20,000 ਇਹਨਾਂ ਨੇ ਸ਼ਾਇਦ ਆਪਣੇ ਪਾਕਟ ਮੇਂ ਰੱਖੇ ਥੇ 20 ਔਰ 1,00,000 ਆਪਣੇ ਬੈਗ ਮੇਂ ਰੱਖੇ ਥੇ ਜੀ। ਉਸਕੀ ਕੋਈ ਪਹਿਚਾਨ ਹੋਈ ਹੈ ਵੀ ਕੌਣ ਆਦਮੀ ਥਾ? ਨਹੀਂ ਸਰ ਉਹ ਪੁਲਿਸ ਇਨਵੈਸਟੀਗੇਟ ਕਰ ਰਹੀ ਹੈ ਆਪਣਾ ਕੁਛ ਹੈ ਨਹੀਂ। ਮੈਨੇਜਰ ਸਾਹਿਬ ਹੈ ਉਹ ਛੁੱਟੀ ਪੈ ਸਰ ਛੁੱਟੀ ਦੇ ਕੋਈ ਸਕਿਉਰਟੀ ਗਾਰਡ ਵਗੈਰਾ ਰੱਖਾ ਹੋਇਆ ਬੈਂਕ ਦਾ? ਨਹੀਂ ਕਾਰਡ ਨਹੀਂ ਹੈ। ਨਹੀਂ ਹੈ।